ਅਸਲਾਮ ਵਾਲੇਕਮ ਮੇਰੇ ਸੱਜਣੋ ਅਤੇ ਮਿੱਤਰੋ ਅਤੇ ਮੇਰੀ ਸੋਹਣੀ ਜੀ ਯੂਟਿਊਬ ਫੈਮਿਲੀ, ਕਿੱਦਾਂ ਹੋ ਜੀ ਤੁਸੀਂ? ਉਮੀਦ ਕਰਦੀ ਹਾਂ ਕਿ ਤੁਸੀਂ ਸਭ ਵਧੀਆ ਹੋ ਰਹੇ ਹੋ ਮੇਰੀ ਤਰ੍ਹਾਂ। ਅਤੇ ਅੱਜ ਮੈਂ ਤੁਹਾਡੇ ਨਾਲ ਕਰਨ ਲਈ ਆਈ ਹਾਂ ਬਹੁਤ ਹੀ ਮਿੱਠੀਆਂ ਮਿੱਠੀਆਂ ਗੱਲਾਂ, ਅਤੇ ਤੁਸੀਂ ਸਾਰਿਆਂ ਨੇ ਮੇਰੀਆਂ ਮਿੱਠੀਆਂ ਗੱਲਾਂ ਸੁਣਨੀਆਂ ਨੇ ਅਤੇ ਮਾਇੰਡ 'ਚ ਵੀ ਰੱਖਣੀਆਂ ਨੇ, ਠੀਕ ਹੈ? ਅੱਜ ਮੈਂ ਪਤਾ ਕੀ ਸ਼ੇਅਰ ਕਰਨ ਲੱਗੀ ਹਾਂ ਤੁਹਾਡੇ ਸਾਰਿਆਂ ਨਾਲ ਕਿ ਮੈਂ ਯੂਟਿਊਬ 'ਤੇ ਕਿਸ ਤਰ੍ਹਾਂ ਆਈ ਹਾਂ, ਮੈਂ ਕਿੱਦਾਂ ਵਰਕ ਕੀਤਾ ਯੂਟਿਊਬ 'ਤੇ, ਕਿੰਨੀ ਦੇਰ ਤੱਕ ਮੈਂ ਆਪਣਾ ਚੈਨਲ ਮੋਨੇਟਾਈਜ਼ ਕਰਵਾਇਆ, ਅਤੇ ਕਿੰਨੀ ਦੇਰ ਬਾਅਦ ਮੈਂ ਯੂਟਿਊਬ ਤੋਂ ਫਸਟ ਪੇਮੈਂਟ ਹਾਸਲ ਕੀਤੀ, ਠੀਕ ਹੈ ਜੀ? ਸਮੇਂ 'ਤੇ ਤੁਹਾਨੂੰ ਸਾਰੀ ਲੱਗ ਗਈ ਹੋਣੀ ਹੈ ਕਿ ਮੈਂ ਅੱਜ ਤੁਹਾਡੇ ਨਾਲ ਕਿਹੜੀਆਂ ਗੱਲਾਂ ਸ਼ੇਅਰ ਕਰਨੀਆਂ। ਚਲੋ ਜੀ ਸਟਾਰਟ ਕਰਦੇ ਹਾਂ ਜੀ ਮਿੱਠੀਆਂ ਮਿੱਠੀਆਂ ਗੱਲਾਂ। ਕੁਛ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਮੈਨੂੰ ਯੂਟਿਊਬ 'ਤੇ ਆਉਣਾ ਪੈ ਗਿਆ। ਵਿਦ ਮਾਸਕ ਮੈਂ ਯੂਟਿਊਬ 'ਤੇ ਆ ਗਈ, ਅਤੇ ਯੂਟਿਊਬ ਦੇ ਆਉਂਦਿਆਂ ਸਾਲ ਮੈਨੂੰ ਬਹੁਤ ਅੱਛੇ, ਬਹੁਤ ਪਿਆਰ ਕਰਨ ਵਾਲੇ ਫਰੈਂਡ ਮਿਲੇ। ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਕਿ ਜਿਸੇ ਮੇਰੀ ਆਪਣੀ ਕੋਈ ਫੈਮਿਲੀ ਹੈ, ਮੈਂ ਆਪਣੀ ਫੈਮਿਲੀ 'ਚ ਬੈਠੀ ਹਾਂ, ਗੱਲਾਂ ਕਰ ਰਹੀ ਹਾਂ, ਸਭ ਕੁਛ ਸ਼ੇਅਰ ਕਰੀਦਾ। ਇੰਨਾ ਪਿਆਰ ਮੁਹੱਬਤ ਮੈਨੂੰ ਯੂਟਿਊਬ ਤੋਂ ਮਿਲਿਆ, ਬਹੁਤ ਸਪੋਰਟਰ ਫਰੈਂਡ ਮਿਲੇ ਯੂਟਿਊਬ ਤੋਂ। ਕੁਛ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਮੈਂ ਯੂਟਿਊਬ 'ਤੇ ਆ ਗਈ। ਮਾਸ਼ਾਅੱਲਾ ਯੂਟਿਊਬ 'ਤੇ ਆਉਣ ਨਾਲ ਅਬ ਅੱਲਾ ਕਾ ਕਰਮ ਹੈ ਕਿ ਹਾਲਾਤ ਬਹੁਤ ਪਹਿਲੇ ਸੇ ਬਿਹਤਰ ਹੈ। ਅਤੇ ਫਿਰ ਜੀ ਅਸਾਂ ਵੀਡੀਓ ਫਸਟ ਵੀਡੀਓ ਬਣਾਉਣ ਦਾ ਸੋਚ ਲਿਆ। ਉਦੋਂ ਫਸਟ ਵਲੋਗ ਦਾ ਬਹੁਤ ਟ੍ਰੈਂਡ ਚੱਲਿਆ ਸੀ, ਅਤੇ ਮੈਂ ਵੀ ਸੋਚਿਆ ਕਿ ਉਹਨਾਂ ਮੈਂ ਵੀ ਇਸ ਟ੍ਰੈਂਡ 'ਚ ਸ਼ਾਮਿਲ ਹੋ ਜਾ। ਅੱਛਾ ਜੀ, ਅਸੀਂ ਘਰ ਤੋਂ ਬਾਹਰ ਚਲੇ ਗਏ ਹਾਂ, ਬਾਗ ਸੀ ਇੱਥੇ ਸਾਡੇ ਨਜ਼ਦੀਕ, ਬਾਗ ਚਲੇ ਗਏ। ਉੱਥੇ ਜਾ ਕੇ ਮਤਲਬ ਕਿ ਇਕੱਲਿਆਂ ਹੋ ਕੇ ਹਸਬੈਂਡ ਨੂੰ ਵੀ ਮੈਂ ਸਾਈਡ 'ਤੇ ਖੜਿਆ ਕਰਤਾ। ਮੈਂ ਕਿਹਾ ਮੇਰੇ ਵੱਲੋਂ ਨਹੀਂ ਤੱਕਣਾ, ਮੈਂ ਵਲੋਗ ਬਣਾਉਣ ਲੱਗੀ ਹਾਂ, ਬਹੁਤ ਮੁਸ਼ਕਿਲ ਹੈ ਮੇਰੇ ਲਈ, ਕੈਮਰਾ ਫੇਸ ਫਸਟ ਟਾਈਮ ਕਰ ਰਹੀ ਹਾਂ, ਮੈਂ ਯੂਟਿਊਬ 'ਤੇ ਆਉਣਾ ਹੈ, ਪਤਾ ਨਹੀਂ ਮੈਂ ਕਿਸ ਤਰ੍ਹਾਂ ਦੀ ਲੱਗਾਂਗੀ। ਚਲੋ ਜੀ ਰੱਬ ਦਾ ਨਾਂ ਲੈ ਕੇ ਮੈਂ ਵੀਡੀਓ ਸਟਾਰਟ ਕੀਤੀ। ਇੱਕ ਵਲੋਗ ਜਿਹੜਾ ਫਸਟ ਵਲੋਗ ਸੀ ਉਹ ਬਣਾਉਂਦਿਆਂ ਬਣਾਉਂਦਿਆਂ ਤਕਰੀਬਨ ਪੂਰਾ ਘੰਟਾ ਮੈਨੂੰ ਖੱਪਣਾ ਪਿਆ। 15 ਤੋਂ 20 ਵੀਡੀਓ ਮੈਂ ਬਣਾ ਕੇ ਡੈਲ ਕੀਤੀਆਂ, ਡਿਲੀਟ ਕਰ ਦਿੱਤੀਆਂ, ਮੇਰੇ ਕੋਲ ਠੀਕ ਨਹੀਂ ਸੀ ਬਣੀਆਂ। ਮੈਂ ਥੱਕ ਹਾਰ ਗਈ ਕਿ ਕਿਸ ਤਰ੍ਹਾਂ ਲੋਕ ਵੀਡੀਓ ਬਣਾ ਲੈਂਦੇ ਨੇ, ਕਿਸ ਤਰ੍ਹਾਂ ਲੋਕ ਯੂਟਿਊਬ 'ਤੇ ਕੰਮ ਕਰ ਲੈਂਦੇ ਨੇ, ਇੰਨਾ ਮੁਸ਼ਕਲ ਹੁੰਦਾ। ਪਰ ਮੁਸ਼ਕਲ ਤਾਂ ਮੇਰੇ ਲਈ ਸੀ ਨਾ, ਕਿਉਂਕਿ ਮੈਂ ਫਸਟ ਟਾਈਮ ਬਣਾ ਰਹੀ ਸਾਂ, ਮੈਨੂੰ ਕੈਮਰਾ ਫੇਸ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਸੀ। ਆਖਿਰਕਾਰ ਮੇਰੇ ਰੱਬ ਨੇ ਮੇਰਾ ਸਾਥ ਦਿੱਤਾ ਅਤੇ ਮੈਂ 40 ਸੈਕਿੰਡ ਦਾ ਵਲੋਗ ਬਣਾ ਹੀ ਲਿਆ। ਉਹ ਵਲੋਗ ਮੇਰੇ ਦਿਲ ਨੂੰ ਥੋੜ੍ਹਾ ਚੰਗਾ ਲੱਗਾ, ਮੈਂ ਕਿਹਾ ਚੱਲੇ ਜੀ ਹੁਣ ਇਹਨੂੰ ਅਪਲੋਡ ਕਰਦੇ ਹਾਂ ਅਤੇ ਦੇਖਦੇ ਹਾਂ ਕੀ ਰਿਐਕਸ਼ਨ ਮਿਲਦੇ ਨੇ। ਅੱਛਾ ਜੀ ਉਹ ਵਲੋਗ ਸਾਨੂੰ ਪਸੰਦ ਆਇਆ, ਉਸ ਵਲੋਗ ਨੂੰ ਅਸੀਂ ਮੋਬਾਈਲ 'ਚ ਸੇਵ ਕੀਤਾ, ਲੈ ਕੇ ਘਰ ਆ ਗਏ। ਘਰ ਆ ਕੇ ਸਾਂਸ ਲਿਆ, ਪਾਣੀ ਪੀਤਾ, ਬੜੇ ਸਕੂਨ ਨਾਲ, ਬੜੇ ਖੁਸ਼ ਕਿ ਸਾਡਾ 40 ਸੈਕਿੰਡ ਦਾ ਵਲੋਗ ਕਾਮਯਾਬ ਹੋ ਗਿਆ, ਸਾਡੇ ਕੋਲ ਬਣ ਗਿਆ। ਅੱਛਾ ਜੀ ਸ਼ਾਮ ਨੂੰ ਅਸੀਂ ਉਹ ਵਲੋਗ ਅਪਲੋਡ ਕਰ ਦਿੱਤਾ। ਮਿੰਟ ਬਾਅਦ ਯੂਟਿਊਬ ਓਪਨ ਕਰੀਏ ਤਾਂ ਵੇਖੀਏ ਕਿਸੇ ਨੇ ਵੇਖਿਆ ਸਾਡਾ ਵਲੋਗ ਜਾਂ ਨਹੀਂ। ਕੌਣ ਵੇਖੇ ਆ, ਅਸੀਂ ਐਡੇ ਵਾਇਰਲ ਬੰਦੇ ਕਿੱਥੇ ਸਾਡੇ ਨਾਲ ਸਾਨੂੰ ਵੇਖਣਾ। ਅੱਛਾ ਦੂਸਰੇ ਦਿਨ ਵੇਖੀ ਕਿੰਨੇ ਵਿਊਜ਼ ਆ ਗਏ ਨੇ,
ਤੀਸਰੇ ਦਿਨ ਹਸਬੈਂਡ ਮੇਰੇ ਰੋਜ਼ ਆਉਣ ਕੰਮ ਤੋਂ ਆ ਕੇ ਮੈਨੂੰ ਕਹਿੰਦੇ ਨੇ ਇੰਨੇ ਵਿਊਜ਼ ਆ ਗਏ ਨੇ, ਇੰਨੇ ਵਿਊਜ਼ ਆ ਗਏ ਨੇ। ਅੱਛਾ, ਇੰਨਿਆਂ ਬੰਦਿਆਂ ਨੇ ਵੇਖਿਆ ਵਲੋਗ, ਕਿਸੇ ਨੂੰ ਪਸੰਦ ਆਏ, ਕਿਸੇ ਨੇ ਕੋਈ ਕਮੈਂਟ ਕੀਤਾ, ਕਿਸੇ ਨੇ ਮੇਰੀ ਤਾਰੀਫ ਕੀਤੀ ਕਿ ਕਹਿੰਦੇ ਨੇ ਨਹੀਂ ਸਹੀ ਬਣਿਆ। ਨਹੀਂ ਨਹੀਂ ਠੀਕ ਹੈ, ਸਭ ਠੀਕ ਹੈ। ਮੈਂ ਕਿਹਾ ਅੱਛਾ ਚਲੇ, ਮਾਲਕ ਤੇਰਾ ਸ਼ੁਕਰ, ਮੇਰਾ ਫਸਟ ਵਲੋਗ ਸਹੀ ਬਣ ਗਿਆ। ਮੈਂ ਫਿਲਹਾਲ ਇਹ ਸੋਚ ਰਹੀ ਸਾਂ ਕਿ ਇੰਨਿਆਂ ਲੋਕਾਂ ਨੇ, ਇੰਨਿਆਂ ਫਰੈਂਡਾਂ ਨੇ ਮੇਰਾ ਫਸਟ ਵਲੋਗ ਦੇਖ ਲਿਆ, ਮੇਰਾ ਵਲੋਗ ਵਾਇਰਲ ਹੋ ਗਿਆ। ਮੈਂ ਉਸ ਟ੍ਰੈਂਡ ਦੇ ਵਿੱਚ ਸ਼ਾਮਿਲ ਹੋ ਗਈ ਜਿਹੜਾ ਟ੍ਰੈਂਡ ਮੈਂ ਸੋਚਿਆ ਸੀ ਕਿ ਕਿਉਂ ਨਾ ਮੈਂ ਵੀ ਫਸਟ ਵਲੋਗ ਦਾ ਟ੍ਰੈਂਡ ਜਿਹਾ ਚੱਲਿਆ ਉਹਦੇ ਵਿੱਚ ਸ਼ਾਮਿਲ ਹੋ ਜਾਵਾਂ। ਮੈਂ ਸ਼ਾਮਿਲ ਹੋ ਗਈ, ਉਹ ਮੇਰਾ ਫਸਟ ਵਲੋਗ ਵਾਇਰਲ ਹੋ ਗਿਆ। ਤੁਸੀਂ ਅੱਜ ਵੀ ਜਾ ਕੇ ਮੇਰੀ ਵੀਡੀਓ ਦੇਖ ਸਕਦੇ ਹੋ ਕਿ ਮੇਰਾ ਫਸਟ ਵਲੋਗ ਮੈਂ ਕਿਸ ਤਰ੍ਹਾਂ ਬਣਾਇਆ ਸੀ, ਕਿਸ ਤਰ੍ਹਾਂ ਮੈਨੂੰ ਸਾਹ ਚੜ੍ਹ ਗਿਆ ਸੀ ਅਤੇ ਵਾਇਰਲ ਹੋ ਗਿਆ ਸੀ। ਮਾਸ਼ਾਅੱਲਾ ਵਿਊਜ਼ ਉਹਦੇ ਅੱਛੇ ਵਿਊਜ਼ ਆ ਗਏ ਸਨ। ਫਿਰ ਜੀ ਮੈਨੂੰ ਦਿਲਚਸਪੀ ਆਉਣ ਲੱਗ ਗਈ ਕਿ ਮਾਸ਼ਾਅੱਲਾ ਇਹ ਤਾਂ ਵਾਇਰਲ ਹੋ ਗਿਆ, ਮੈਂ ਇੱਕ ਨੈਕਸਟ ਵੀਡੀਓ ਵੀ ਬਣਾਵਾਂਗੀ ਅਤੇ ਉਹ ਵੀ ਵਾਇਰਲ ਹੋ ਜਾਏਗੀ। ਮਤਲਬ ਕਿ ਮੈਂ ਪਹਿਲੀ ਵਾਇਰਲ ਬੰਦਾ, ਮੈਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਕੁਛ ਦਿਲ ਲੱਗਣ ਲੱਗ ਗਿਆ, ਦਿਲ ਲੱਗੀ ਹੋਣ ਲੱਗ ਗਈ ਮੈਨੂੰ ਯੂਟਿਊਬ ਨਾਲ, ਮੇਰਾ ਕੰਮ ਕਰਨ ਨੂੰ ਜੀ ਕਰਨ ਲੱਗ ਗਿਆ। ਅੱਛਾ ਜੀ, ਤਾਂ ਫਿਰ ਕੀ ਹੋਇਆ, ਫਿਰ ਮੈਂ ਆ ਗਈ ਸਬਸਕ੍ਰਾਈਬਰ ਕੰਪਲੀਟ ਕਰਨ ਵਾਲੀ ਸਾਈਡ। ਮੈਂ ਕਿਹਾ ਹੁਣ ਮੇਰਾ ਕੰਮ ਹੈ, ਮੈਂ ਯੂਟਿਊਬ 'ਤੇ ਕੰਮ ਕਰਨਾ ਹੈ। ਬਸ ਤੁਹਾਡੇ ਸਾਰਿਆਂ ਲਈ ਵੀ ਇਹ ਵੇ ਕਿ ਤੁਸੀਂ ਯੂਟਿਊਬ 'ਤੇ ਕੰਮ ਲਗਾਤਾਰ ਕਰਨਾ, ਮਤਲਬ ਕਿ ਵਰਕ ਨੂੰ ਵਰਕ ਸਮਝਣਾ, ਤੁਸੀਂ ਮਿਸਟੇਕ ਛੱਡਣਾ ਨਹੀਂ, ਕੋਈ ਮਿਸਟੇਕ ਨਹੀਂ ਕਰਨੀ, ਕਿਸੇ ਦਾ ਕੰਟੈਂਟ ਯੂਜ਼ ਨਹੀਂ ਕਰਨਾ, ਡੇਲੀ ਵਰਕ ਕਰਨਾ, ਡੇਲੀ ਬੇਸ 'ਤੇ ਮੈਂ ਵਰਕ ਕਰਦੀ ਰਹੀ ਹਾਂ। ਅੱਛਾ ਜੀ, ਮਾਸ਼ਾਅੱਲਾ ਮੇਰੇ ਸਬਸਕ੍ਰਾਈਬਰ, ਮੰਨਣ 'ਚ ਨਹੀਂ ਆਉਣੀ ਗੱਲ, ਮੇਰੇ ਸਬਸਕ੍ਰਾਈਬਰ 15 ਦਿਨ ਦੇ ਵਿੱਚ ਕੰਪਲੀਟ ਹੋ ਗਏ। ਮਤਲਬ ਕਿ ਮੇਰਾ 1K ਸਬਸਕ੍ਰਾਈਬਰ ਕੰਪਲੀਟ ਹੋ ਗਿਆ ਅਤੇ ਉਹਦੇ ਨਾਲ ਇੱਕ ਹੋਰ ਖੁਸ਼ੀ ਆਈ ਮੇਰੇ ਅੰਦਰ ਕਿ ਮੇਰੇ ਸਬਸਕ੍ਰਾਈਬਰ ਵੀ ਕੰਪਲੀਟ ਹੋ ਗਏ ਨੇ। ਚੱਲੇ ਜੀ, ਹੁਣ ਮੇਰਾ ਕੀ ਕੰਮ ਹੈ, ਹੁਣ ਮੈਂ ਕਰਨਾ ਵਾਚ ਟਾਈਮ ਕੰਪਲੀਟ ਕਰਨਾ। ਮੈਨੂੰ ਇੰਨੀਆਂ ਗੱਲਾਂ ਦਾ ਪਤਾ ਨਹੀਂ ਸੀ, ਮੈਨੂੰ ਮੇਰੇ ਫਰੈਂਡ ਦੱਸਦੇ ਸਨ ਹੁਣ ਇਹ ਕਰਨਾ ਹੈ, ਹੁਣ ਇਸ ਤਰ੍ਹਾਂ ਕਰਨਾ, ਹੁਣ ਇਸ ਤਰ੍ਹਾਂ। ਅੱਛਾ ਜੀ, ਸੁਣਦੀ ਰਹੀ ਉਹ ਵਾਚ ਟਾਈਮ ਕੀ ਹੁੰਦਾ ਹੈ, ਉਹ ਕਿਵੇਂ ਪੂਰਾ ਕਰੀਦਾ। ਚੱਲੇ ਜੀ, ਉਹ ਵੀ ਇੰਨਾ ਵਾਚ ਟਾਈਮ, ਕਿੰਨਾ ਵਾਚ, 400 500? ਨਹੀਂ ਨਹੀਂ, ਪੂਰਾ 4000 ਘੰਟਾ ਵਾਚ ਟਾਈਮ ਪੂਰਾ ਕਰਨਾ ਸੀ। ਕੋਈ ਸੌਖਾ ਨਹੀਂ ਹੁੰਦਾ, ਜਿਹੜੇ ਬੰਦੇ ਨੂੰ ਕੈਮਰਾ ਫੇਸ ਕਰਨਾ ਨਹੀਂ ਆਉਂਦਾ ਉਹ ਕਿਸ ਤਰ੍ਹਾਂ ਕਰ ਸਕਦਾ। ਚੱਲੇ ਜੀ, ਰੱਬ ਦਾ ਨਾਂ ਲੈ ਕੇ ਅਸੀਂ ਫਿਰ ਸ਼ੁਰੂ ਕਰ ਲਿਆ ਲਾਈਵ ਕਰਨੀ, ਸਟਾਰਟ ਕਰ ਦਿੱਤੀ। ਚੱਲੇ ਜੀ, ਵਾਚ ਟਾਈਮ ਤੋਂ ਹੁਣ ਕੰਪਲੀਟ ਕਰਨਾ ਹੀ ਹੈ ਅਸੀਂ। ਮਾਸ਼ਾਅੱਲਾ, ਡੇਲੀ 3 ਘੰਟੇ ਰਾਤ ਨੂੰ ਅਤੇ 3 ਘੰਟੇ ਦਿਨ, ਐਵੇਂ ਟਾਰਗੇਟ ਬਣਾ ਲਿਆ ਕਿ ਮੇਰਾ ਇਹ ਟਾਈਮ ਕਿਸੇ ਹੋਰ ਵਾਸਤੇ ਨਹੀਂ, ਨਾ ਹਸਬੈਂਡ ਵਾਸਤੇ, ਨਾ ਫੈਮਿਲੀ ਵਾਸਤੇ, ਬੱਚਿਆਂ ਵਾਸਤੇ, ਇਹ ਮੇਰਾ ਟਾਈਮ ਸਿਰਫ ਯੂਟਿਊਬ ਵਾਸਤੇ। ਨਾ ਆਪਣੀ ਨੀਂਦ ਪੂਰੀ ਕਰਨੀ, ਨਾ ਆਪਣਾ ਖਿਆਲ ਰੱਖਣਾ। 3 ਘੰਟੇ ਡੇਲੀ ਲਾਈਵ ਸੁਬੂ ਅਤੇ 3 ਘੰਟੇ ਲਾਈਵ ਰਾਤ ਨੂੰ। ਅਤੇ ਹੁਣ ਜਿਹੜੀ ਗੱਲ ਕਰਨ ਵਾਲੀ ਹਾਂ ਨਾ, ਮੈਂ ਮੰਨਣ 'ਚ ਉਹ ਵੀ ਨਹੀਂ ਆਉਣੀ, ਓਨਲੀ 27 ਦਿਨਾਂ ਦੇ ਵਿੱਚ ਮੈਂ ਆਪਣਾ ਵਾਚ ਟਾਈਮ ਕੰਪਲੀਟ ਕਰ ਲਿਆ। ਕੰਪਲੀਟ ਕਰਨ ਤੋਂ ਬਾਅਦ 4000 ਘੰਟਾ ਜਦੋਂ ਮੇਰਾ ਕੰਪਲੀਟ ਹੋ ਗਿਆ
ਉਸ ਤੋਂ ਬਾਅਦ ਮੈਂ 300 ਘੰਟਾ ਹੋਰ ਉੱਤੇ ਕੀਤਾ ਕਿਉਂਕਿ ਮੈਂ ਮੋਨੇਟਾਈਜ਼ ਵਾਸਤੇ ਅਪਲਾਈ ਕਰਨਾ ਸੀ। ਮੈਨੂੰ ਸੀ ਕਿ ਕੋਈ ਗਲਤੀ, ਕੋਈ ਟਾਈਮ ਰਹਿ ਨਾ ਜਾਏ, ਗਿਰ ਨਾ ਜਾਏ, ਕੋਈ ਮਸਲਾ ਮਸਾਇਲ ਨਾ ਆ ਜਾਏ। 300 ਘੰਟਾ ਮੈਂ ਉੱਪਰ ਕੀਤਾ, ਮਤਲਬ ਟੋਟਲੀ 4300 ਘੰਟਾ ਕਰਕੇ ਮੋਨੇਟਾਈਜ਼ ਵਾਸਤੇ ਅਪਲਾਈ ਕਰ ਦਿੱਤਾ। ਅਪਲਾਈ ਕਰਨ ਤੋਂ ਬਾਅਦ ਜੀ ਮੇਰੀ ਫੀਲਿੰਗ ਵੇਖਣ ਵਾਲੀ ਸੀ, ਕਾਸ਼ ਤੁਸੀਂ ਮੇਰੇ ਕੋਲ ਹੁੰਦੇ। ਬਾਰ ਬਾਰ ਹਸਬੈਂਡ ਪੁੱਛ ਰਹੀ ਹਾਂ, ਹਾਂਜੀ ਕੋਈ ਮੇਲ ਆਈ ਜੀ, ਹਾਂਜੀ ਕਿੰਨੇ ਮਹੀਨੇ ਲੱਗ ਜਾਣੇ ਨੇ, ਕਿੰਨੀ ਦੇਰ 'ਚ ਹੋ ਜਾਏਗਾ ਮੋਨੇਟਾਈਜ਼, ਯੂਟਿਊਬ ਵਾਲੇ ਸਾਨੂੰ ਕਦੋਂ ਦੱਸਣਗੇ ਤੇ ਕਿ ਤੁਸੀਂ ਕਾਮਯਾਬ ਹੋ। ਹਾਂ ਪਤਾ ਚੱਲ ਜਾਏਗਾ, ਬਸ ਪਰੇਸ਼ਾਨ ਨਾ ਹੋ, ਪਤਾ ਚੱਲ ਜਾਏਗਾ, ਪਰੇਸ਼ਾਨ ਨਾ। ਅੱਛਾ ਅੱਛਾ, ਸਤਾਈ ਜਾਂਦੀ ਹਾਂ, ਗੱਲਾਂ ਕੀਤੀ ਜਾਂਦੀ ਹਾਂ ਇਸੇ ਖੁਸ਼ੀ ਵਿੱਚ ਕਿ ਮੇਰਾ 4000 ਘੰਟਾ ਪੂਰਾ ਹੋ ਗਿਆ, ਮੇਰੇ 1K ਕੰਪਲੀਟ ਹੋ ਗਏ ਨੇ ਸਬਸਕ੍ਰਾਈਬਰ। ਅੱਛਾ ਅਤੇ ਕੀ ਹੋਇਆ, 3 ਘੰਟੇ, ਓਨਲੀ 3 ਘੰਟਿਆਂ ਦੇ ਵਿੱਚ ਚੈਨਲ ਮੋਨੇਟਾਈਜ਼ ਹੋ ਗਿਆ ਅਤੇ ਯੂਟਿਊਬ ਦੀ ਤਰਫੋਂ ਮੇਲ ਆ ਗਈ ਕਿ ਤੁਹਾਡਾ ਚੈਨਲ ਮੋਨੇਟਾਈਜ਼ ਹੋ ਗਿਆ। ਕਿੰਨੀ ਕੁ ਖੁਸ਼ ਹੋਣੀ ਹਾਂ ਮੈਂ, ਸੋਚ ਲਓ ਤੁਸੀਂ ਆਪ। ਹੁਣ ਮੈਂ ਤੁਹਾਨੂੰ ਭੰਗੜਾ ਪਾ ਕੇ ਨਹੀਂ ਦਿਖਾਉਣਾ, ਤੁਸੀਂ ਵੈਸੇ ਸੋਚ ਲਓ, ਫੀਲਿੰਗ ਲਓ ਨਾ ਤੁਸੀਂ ਕਿ ਅਗਰ ਇਹਦੀ ਜਗ੍ਹਾ ਅਸੀਂ ਹੁੰਦੇ ਕੰਮ ਕਰਦੇ ਤਾਂ ਸਾਡਾ ਇੰਨੀ ਛੇਤੀ ਵਾਚ ਟਾਈਮ ਪੂਰਾ ਹੁੰਦਾ, ਸਬਸਕ੍ਰਾਈਬਰ ਪੂਰੇ ਹੁੰਦੇ ਅਤੇ 3 ਘੰਟਿਆਂ ਦੇ ਵਿੱਚ ਚੈਨਲ ਮੋਨੇਟਾਈਜ਼ ਹੁੰਦਾ ਅਤੇ ਤੁਹਾਡੀ ਕੀ ਫੀਲਿੰਗ ਹੋਣੀ ਸੀ। ਚਲੇ ਜੀ, ਦਿਲਚਸਪੀ ਵੱਧ ਗਈ ਕਿ ਇਹ ਸਭ ਕੁਛ ਤਾਂ ਬਿਹਤਰ ਹੋ ਰਿਹਾ। ਦਿਲਚਸਪੀ ਵੜਨ ਨਾਲ ਜੀ ਹੁਣ ਅਸੀਂ ਕਿਹੜੀ ਸਾਈਡ ਆ ਗਏ ਹਾਂ। ਚਲੋ ਜੀ, ਫਿਰ ਮੇਰੀ ਜ਼ਿੰਦਗੀ ਇੱਕ ਨਵਾਂ ਮੋੜ ਲਿਆ ਕਿ ਹੁਣ ਤੋਂ $10 ਕੰਪਲੀਟ ਕਰਨੇ ਨੇ ਗੂਗਲ ਐਡਸਨ ਅਕਾਊਂਟ ਵਿੱਚ। $10 ਕੰਪਲੀਟ ਕਰਨ ਤੋਂ ਬਾਅਦ ਤੁਸੀਂ ਪਿੰਨ ਵਾਸਤੇ ਅਪਲਾਈ ਕਰ ਸਕਦੇ ਹੋ। ਅਗਰ ਤੁਹਾਡੇ ਕੋਲ ਉਹ ਪਿੰਨ ਨਹੀਂ ਹੈ ਤਾਂ ਤੁਹਾਡੇ ਅਕਾਊਂਟ ਵਿੱਚ $1000 ਵੀ ਨੇ ਤਾਂ ਤੁਸੀਂ ਰਿਸੀਵ ਨਹੀਂ ਕਰ ਸਕਦੇ, ਕਿਧਰੇ ਵੀ ਰਿਸੀਵ ਨਹੀਂ ਹੋਣਗੇ। ਹੋ ਗਏ ਸ਼ੁਰੂ ਕਿ ਚਲੋ ਜਿੱਥੇ ਇੰਨਾ ਵਰਕ ਕੀਤਾ $10 ਕੀ ਨੇ, ਕਰ ਲਾਂਗੇ, ਦੇਖਦੇ ਹਾਂ ਡਾਲਰ ਕਿਸ ਤਰ੍ਹਾਂ ਕੰਪਲੀਟ ਹੁੰਦੇ ਨੇ। ਮਿਹਨਤ ਜਾਰੀ ਰੱਖੀਏ ਜੀ, ਵੀਡੀਓ ਬਣਾਉਂਦੀ ਰਹੀ ਹਾਂ, ਲਾਈਵ ਕਰਦੀ ਰਹੀ ਹਾਂ। ਤਕਰੀਬਨ $5 to $6 ਡੇਲੀ ਚੈੱਕ ਵੀ ਕਰਦੀ ਸਾਂ ਕਿੰਨੇ ਹੋ ਗਏ, ਕਿੰਨੇ ਪੁਆਇੰਟ, ਅੱਜ 5 ਪੁਆਇੰਟ ਨੇ, 10 ਪੁਆਇੰਟ ਨੇ, $2 ਹੋ ਗਏ, $5 ਹੋ ਗਏ। ਇੱਕ ਦਿਨ ਕੀ ਹੋਇਆ ਕਿ ਮੈਂ ਲਾਈਵ ਕਰ ਰਹੀ ਸਾਂ ਅਤੇ ਮੇਰਾ ਇੱਕ ਫਰੈਂਡ ਆਊਟ ਆਫ ਕੰਟਰੀ ਤੋਂ, ਉਹਨੇ ਮੈਨੂੰ ਲਾਈਵ ਦੇ ਵਿੱਚ ਨਾ ਫਸਟ ਗਿਫਟ, ਮੋਨੇਟਾਈਜ਼ ਕਾ ਫਸਟ ਗਿਫਟ ਦਿਆ, ਸੁਪਰ ਚੈਟ। ਮੈਂ ਤਾਂ ਦੇਖ ਕੇ ਬਹੁਤ ਖੁਸ਼ ਹੋ ਗਈ, ਇਹ ਕੀ ਹੋ ਗਿਆ, ਸਾਰਿਆਂ ਫਰੈਂਡਾਂ ਨੂੰ ਪੁੱਛਣ ਲੱਗ ਗਈ, ਉਹ ਇਹ ਕਮੈਂਟ ਬਲਿਊ ਕਿਵੇਂ ਹੋ ਗਏ ਨੇ, ਉਹਤੇ ਭਾਲੂ ਕਿਵੇਂ ਟੱਪਣ ਲੱਗ ਗਏ। ਮੈਨੂੰ ਕੀ ਪਤਾ ਸੀ ਕਿ ਮੈਨੂੰ ਬਾਹਰ ਤੋਂ ਪੈਸੇ ਕਿਸੇ ਨੇ ਸੈਂਡ ਕਰ ਦਿੱਤੇ ਨੇ। ਉਹ ਸਾਡਾ ਫਸਟ ਫਰੈਂਡ ਦਾ ਨਾਮ ਸੀ ਜਿਹਨੇ ਸਾਨੂੰ ਫਸਟ ਗਿਫਟ, ਫਸਟ ਸੁਪਰ ਚੈਟ ਕੀਤਾ, ਅਜ਼ਰ ਨਜ਼ਰ ਸੀ, ਆਊਟ ਆਫ ਕੰਟਰੀ ਤੋਂ ਸਨ। ਅੱਲਾ ਪਾਕ ਉਹਨਾਂ ਨੂੰ ਜ਼ਿੰਦਗੀ ਦੇਵੇ ਅਤੇ ਖੁਸ਼ ਰਹਿਣ ਆਪਣੇ ਬੱਚਿਆਂ ਦੇ ਵਿੱਚ। ਅੱਛਾ, ਉਹਨਾਂ ਮੈਨੂੰ ਦੱਸਿਆ
ਬੜੇ ਹੱਸੇ ਉਹ ਮੇਰੇ ਰਿਐਕਸ਼ਨ ਨੂੰ ਵੇਖ ਕੇ ਨਾ ਬੜਾ ਹੱਸੇ, ਕਹਿੰਦੇ ਸਿਸਟਰ ਤੂੰ ਵੀ ਕਮਾਲ ਕਰਦੀ ਹੈ। ਸਿਸਟਰ ਇਹ ਡਾਲਰ ਮੈਂ ਤੁਹਾਨੂੰ ਸੈਂਡ ਕੀਤੇ ਨੇ, ਤੁਹਾਨੂੰ ਗਿਫਟ ਕੀਤਾ। ਮੈਂ ਕਿਹਾ ਅੱਛਾ ਅੱਛਾ ਚਲੇ ਜੀ, ਥੈਂਕ ਯੂ ਜੀ, ਤੁਸੀਂ ਮੇਰੇ ਡਾਲਰ ਅਗਰ ਕੰਪਲੀਟ ਕਰਾ ਦਿੱਤੇ ਨੇ 10 ਡਾਲਰ। ਅੱਛਾ ਜਦੋਂ ਮੈਂ ਚੈੱਕ ਕੀਤਾ ਚੱਲਣ ਜੀ, 2 ਦਿਨ ਬਾਅਦ 10 ਡਾਲਰ ਕੰਪਲੀਟ ਨੇ। ਬੜੀ ਖੁਸ਼ੀ ਹੋਈ ਕਿ 1 ਮਹੀਨੇ 'ਚ ਮੈਂ 10 ਡਾਲਰ ਵੀ ਕੰਪਲੀਟ ਕਰ ਲਏ ਨੇ, ਲੱਗਦਾ ਮੇਰਾ ਟਾਈਮ ਅੱਛਾ ਚੱਲ ਰਿਹਾ। ਉਹ ਚੈੱਕ ਕੀਤਾ, ਕਿਸੇ ਫਰੈਂਡ ਨੇ ਦੱਸਿਆ ਇਹ ਉਹ ਡਾਲਰ ਨਹੀਂ, ਤੁਸੀਂ ਉਹ ਡਾਲਰ ਕੰਪਲੀਟ ਕਰਨੇ ਨੇ ਜਿਹੜੇ ਤੁਹਾਡੇ ਆਪਣੇ ਵੀਡੀਓ ਦੇ ਵਿਊਜ਼ ਤੋਂ ਡਾਲਰ ਆਉਣੇ ਨੇ। ਜਦੋਂ ਵਿਊਜ਼ ਦੇ ਡਾਲਰ ਬਣਨਗੇ, ਕੰਪਲੀਟ ਹੋਣਗੇ, ਫਿਰ ਤੁਸੀਂ ਪਿੰਨ ਵਾਸਤੇ ਅਪਲਾਈ ਕਰ ਸਕਦੇ ਹੋ। ਫਿਰ ਤਾਂ ਦਿਲ ਹਾਰ ਗਈ ਥੋੜ੍ਹਾ ਜਿੰਨਾ, ਅੱਛਾ ਉਹ ਡਾਲਰ ਕੰਪਲੀਟ ਕਰਨੇ, ਚੱਲੇ ਫਿਰ ਕਰਦੇ ਹਾਂ ਕੰਮ। ਫਿਰ ਕੰਮ ਸਟਾਰਟ ਕੀਤੀ ਰੱਖਿਆ, ਅੱਲਾ ਨੇ ਕੀਤਾ ਅਤੇ 10 ਡਾਲਰ ਵੀ ਕੰਪਲੀਟ ਹੋ ਗਏ। 1.5 ਮਹੀਨਾ ਲੱਗ ਗਿਆ, 10 ਡਾਲਰ ਮਾਸ਼ਾਅੱਲਾ ਕੰਪਲੀਟ ਹੋ ਗਏ। ਬਹੁਤ ਅੱਛੇ ਫਰੈਂਡ ਸਨ ਨਾਲ, ਜਿਨ੍ਹਾਂ ਨੇ ਮੈਨੂੰ ਬਹੁਤ ਗਾਈਡ ਕੀਤਾ, ਬਹਿਣ ਸਮਝ ਕੇ ਬਹੁਤ ਸਪੋਰਟ ਕੀਤੀ, ਬਹੁਤ ਗਾਈਡ ਕੀਤਾ ਮੈਨੂੰ, ਬਹੁਤ ਦੱਸਿਆ ਪੁੱਛਿਆ। ਅੱਛਾ ਜੀ, ਜਿਨ੍ਹਾਂ 'ਚ ਇੱਕ ਸਾਡਾ ਗੁੱਲ ਸੀ, ਜਿਹਨੂੰ ਮੈਂ ਪਿਆਰ ਤੋਂ ਕਹਿੰਦੀ ਹਾਂ ਗੁੱਲ, ਬਟ ਨਾਮ ਹੈ ਅਬਦੁੱਲਾ। ਦੂਸਰਾ ਸਾਡਾ ਤਾਏ ਸੀ, ਜਿਹਨੂੰ ਮੈਂ ਪਿਆਰ ਤੋਂ ਕਹਿੰਦੀ ਹਾਂ ਜ਼ੁਲਮੀ। ਅਤੇ ਤੀਸਰਾ ਮੇਰਾ ਭਰਾ ਸੀ ਸੱਜਾਦ। ਇਹਨਾਂ ਤਿੰਨਾਂ ਨੇ ਮੈਨੂੰ ਇੰਝ ਸਪੋਰਟ ਕੀਤਾ, ਹਰ ਗੱਲ ਦੱਸੀ, ਹਰ ਟਾਈਮ ਸਾਥ ਰਹੇ, ਕੋਈ ਲਾਈਵ ਮਿਸ ਨਹੀਂ ਕੀਤੀ। ਅਤੇ ਇਹਨਾਂ ਦੀਆਂ ਦੁਆਵਾਂ ਨਾਲ ਅਤੇ ਇਹਨਾਂ ਦੀ ਸਪੋਰਟ ਨਾਲ ਬਹੁਤ ਫਰੈਂਡ ਹੋਰ ਵੀ ਆ ਨਾਲ, ਸਭ ਦਾ ਸ਼ੁਕਰੀਆ, ਸਭ ਨੂੰ ਥੈਂਕਸ ਹੈ। ਬਟ ਇਹਨਾਂ ਨੇ ਸਭ ਤੋਂ ਵੱਧ ਕੇ ਮੈਨੂੰ ਸਪੋਰਟ ਕੀਤਾ। ਅਤੇ ਫਿਰ ਅੱਲਾ ਨੇ ਕੀਤਾ ਕਿ ਮੇਰੇ 10 ਡਾਲਰ ਵੀ ਕੰਪਲੀਟ ਹੋ ਗਏ। ਪਿੰਨ ਵਾਸਤੇ ਅਪਲਾਈ ਕਰ ਦਿੱਤਾ ਜੀ। ਪਿੰਨ ਪਤਾ ਕਿੱਥੋਂ ਆਉਂਦੀ? ਬਹੁਤ ਦੂਰੋਂ ਆਉਂਦੀ, ਸਾਡੇ ਕੋਲ ਤਾਂ ਇੰਨਾ ਸਫ਼ਰ ਹੀ ਨਹੀਂ ਹੁੰਦਾ, ਪਤਾ ਨਹੀਂ ਵਿਚਾਰੀ ਕਿਵੇਂ ਟੁਰ ਟੁਰ ਕੇ ਆ ਜਾਂਦੀ ਆ। ਅੱਛਾ ਜੀ, ਬਾਹਰ ਤੋਂ ਆਊਟ ਆਫ ਕੰਟਰੀ ਤੋਂ ਪਿੰਨ ਆਉਣੀ ਸੀ, ਕਿੱਥੋਂ ਆਉਣੀ ਸੀ ਮੈਨੂੰ ਵੀ ਨਹੀਂ ਹੈ ਯਾਦ, USA ਫਰਾਂਸ ਤੋਂ ਪਿੰਨ ਆਉਣੀ ਸੀ। ਅੱਛਾ ਜੀ, ਪਿੰਨ ਸਾਡੀ ਆਉਣੀ ਸੀ ਡਾਕਖਾਨੇ, ਡੇਲੀ ਚੱਕਰ ਲਾਈਏ ਅਸੀਂ ਹੁਣ ਡਾਕਖਾਨੇ ਦੇ। ਹਾਂਜੀ, ਸਾਡੀ ਪਿੰਨ, ਸਾਡਾ ਕੋਈ ਲਿਫਾਫਾ, ਉਹਨਾਂ ਨੂੰ ਕੀ ਵਿਚਾਰਿਆ ਪਤਾ ਪਿੰਨ ਕੀ ਹੁੰਦਾ। ਹਾਂਜੀ, ਸਾਡਾ ਕੋਈ ਲਿਫਾਫਾ ਆਇਆ ਤੁਹਾਡੇ ਕੋਲ? ਸਾਡਾ ਕੋਈ ਵਾਈਟ ਕਾਗਜ਼ ਆਇਆ ਤੁਹਾਡੇ ਕੋਲ? ਨਹੀਂ, ਸਾਡੇ ਕੋਲ ਕੋਈ ਵੀ ਨਹੀਂ ਆਇਆ, ਕਿਹੜੀ ਵਾਈਟ ਕਾਗਜ਼ ਕਿੱਥੋਂ ਆਉਣਾ ਹੈ? ਅੱਛਾ ਜੀ, ਅਤੇ ਸਾਡੀ ਪਿੰਨ ਆਖਿਰਕਾਰ ਡਾਕਖਾਨੇ ਆ ਗਈ, ਅਤੇ ਡਾਕਖਾਨੇ ਵਾਲਿਆਂ ਨੇ ਕਿਹਾ ਕਿ ਤੁਹਾਨੂੰ ਪਿੰਨ ਇਸ ਤਰ੍ਹਾਂ ਨਹੀਂ ਮਿਲਣੀ, ਸਾਡਾ ਮੂੰਹ ਮਿੱਠਾ ਕਰਾਉਣਾ ਹੈ, ਤਾਂ ਕਰਕੇ ਤਾਂ ਅਸਾਂ ਤੁਹਾਨੂੰ ਪਿੰਨ ਦੇਣਾ, ਮਤਲਬ ਕਿ ਪਿੰਨ ਤਾਂ ਤੁਹਾਨੂੰ ਇਹ ਲਿਫਾਫਾ ਅਸੀਂ ਦੇਣਾ। ਕਿਆ ਅਸੀਂ ਕਿਹਾ ਕੋਈ ਗੱਲ ਨਹੀਂ, ਖੁਸ਼ੀ ਦੀ ਗੱਲ ਹੈ, ਇਨਸ਼ਾਅੱਲਾ ਮੂੰਹ ਮਿੱਠਾ ਕਰਾਵਾਂਗੇ, ਮਿਠਾਈ ਲੈ ਕੇ ਚਲੋ ਜੀ। ਅਸੀਂ ਵੀ ਪਹੁੰਚ ਗਏ ਡਾਕਖਾਨੇ, ਗਏ ਉਹਨਾਂ ਨੂੰ ਮਿਠਾਈ ਦਿੱਤੀ, ਪਿੰਨ ਹਾਸਲ ਕੀਤੀ, ਇੱਥੋਂ ਪਿੰਨ ਲੈ ਕੇ ਜੀ ਘਰ ਆ ਗਏ ਹਾਂ। ਬਹੁਤ ਖੁਸ਼ ਹਾਂ, ਰਸਤੇ ਵੀ ਸਾਰੇ ਗੱਲਾਂ ਕਰਦੇ ਕਰਾਉਂਦੇ, ਬਹੁਤ ਖੁਸ਼ ਹਾਂ ਜੀ। ਅੱਛਾ ਜੀ, ਫਿਰ ਉਹ ਪਿੰਨ 6 ਹਿੰਸਿਆਂ ਦਾ ਕੋਡ ਹੁੰਦਾ, ਜਿਹੜਾ ਗੂਗਲ ਐਡਸਨ ਅਕਾਊਂਟ ਦੇ ਵਿੱਚ ਲਾਉਣਾ ਹੁੰਦਾ, ਉਹ ਲਗਾ ਕੇ ਗੂਗਲ ਐਡਸਨ ਅਕਾਊਂਟ ਵੈਰੀਫਾਈਡ ਕਰਨਾ ਹੁੰਦਾ, ਉਹ ਕਰਕੇ। ਅੱਛਾ ਜੀ, ਗੂਗਲ ਐਡਸਨ ਅਕਾਊਂਟ ਕੰਪਲੀਟ ਹੋ ਗਿਆ, ਮਤਲਬ ਵੈਰੀਫਾਈਡ ਹੋ ਗਿਆ, ਉਸ ਤੋਂ ਬਾਅਦ ਸਾਡਾ ਰਹਿ ਗਿਆ 100 ਡਾਲਰ, ਜਿਹਦੇ ਤੋਂ ਬਾਅਦ ਸਾਨੂੰ ਫਸਟ ਪੇਮੈਂਟ ਮਿਲਣੀ ਸੀ।
ਅੱਛਾ 100 ਡਾਲਰ ਕੰਪਲੀਟ ਕਰਨ ਦੇ ਚੱਕਰ 'ਚ ਚੱਲਣ ਜੀ ਹੋ ਗਏ ਸਟਾਰਟ, ਫਿਰ ਉਹੀ ਵਰਕ ਜਾਰੀ ਰੱਖਿਆ ਜੀ। ਮਾਸ਼ਾਅੱਲਾ ਬਹੁਤ ਅੱਛੇ ਫਰੈਂਡਸ ਹਨ, ਬਹੁਤ ਸਪੋਰਟਰ ਸਾਡੇ ਤੇ ਪਾਕਿਸਤਾਨ ਦੇ ਵਿੱਚ ਬੇੜੇ ਹੀ ਕਰਕੇ ਨਾ ਸੁਪਰ ਚੈਟ ਦਾ ਆਪਸ਼ਨ ਹੀ ਨਹੀਂ ਹੈ, ਜਿੰਨੀ ਸਪੋਰਟ ਹੋਈ ਬਾਹਰ ਤੋਂ ਹੀ ਹੋਈ। ਅੱਛਾ ਜੀ ਇਸੇ ਤਰ੍ਹਾਂ ਸਪੋਰਟ ਹੁੰਦੀ ਗਈ, ਖੁਦ ਵੀ ਕੰਮ ਕਰਦੀ ਗਈ, ਆਪਣੇ ਵੀ ਵਿਊਜ਼ ਲਾਈਵ ਦੇ ਵੀ ਵੀਡੀਓ ਦੇ ਵੀ ਵਿਊਜ਼ ਆਉਂਦੇ ਰਹੇ, ਮਾਸ਼ਾਅੱਲਾ ਅੱਲਾ ਨੇ ਕੀਤਾ ਅਤੇ ਮੇਰੇ 100 ਡਾਲਰ ਵੀ ਕੰਪਲੀਟ ਹੋ ਗਏ, ਜਲਦੀ ਹੋ ਗਏ। ਜਿਸ ਤਰ੍ਹਾਂ ਬਾਕੀ ਸਭ ਕੰਮ ਜਲਦੀ ਹੋ ਗਏ ਨਾ, ਮੇਰੇ ਵਰਕ ਦੇ ਹਿਸਾਬ ਨਾਲ, ਮੇਰੀ ਮਿਹਨਤ ਦੇ ਹਿਸਾਬ ਨਾਲ, ਇਹ ਵੀ ਅੱਲਾ ਨੇ ਕੀਤਾ ਕਿ ਜਲਦੀ 100 ਡਾਲਰ ਵੀ ਜਿਹੜਾ ਨਾ ਕੰਪਲੀਟ ਹੋ ਗਿਆ। ਉਸ ਤੋਂ ਬਾਅਦ ਫਿਰ ਜੀ ਖੁਸ਼ੀ ਸੀ ਹੁਣ ਮੈਨੂੰ ਕਿ ਮੈਂ ਫਸਟ ਪੇਮੈਂਟ ਲੈਣ ਜਾ ਰਹੀ ਹਾਂ, ਮੇਰੀ ਫਸਟ ਪੇਮੈਂਟ ਆਉਣੀ ਹੈ। ਅੱਲਾ ਨੇ ਕੀਤਾ ਅਤੇ 3 ਮਹੀਨਿਆਂ ਤੱਕ ਮੇਰੀ ਫਸਟ ਪੇਮੈਂਟ ਆ ਗਈ। ਖੁਸ਼ੀ ਹੋਈ ਨਾ ਮੈਨੂੰ, ਬਹੁਤ ਜ਼ਿਆਦਾ ਖੁਸ਼ ਹੋਈ ਮੈਂ ਜਦੋਂ ਮੇਰੀ ਫਸਟ ਪੇਮੈਂਟ ਆਈ। ਇੱਕ ਬੈਂਕ 'ਚ ਫਸਟ ਪੇਮੈਂਟ ਆਈ, ਉਹਨਾਂ ਨੇ ਵੀ ਪੁੱਛਿਆ, ਦੱਸਿਆ ਉਹਨਾਂ ਨੂੰ, ਉਹਨਾਂ ਨੇ ਮਿਠਾਈ ਮੰਗੀ, ਉਹਨਾਂ ਨੇ ਦਿੱਤੀ, ਦੂਸਰੇ ਬੈਂਕ 'ਚ ਵੀ, ਕਾਰ ਵੀ ਲੈ ਕੇ ਆਈ, ਮੁਹੱਲੇ 'ਚ ਵੀ ਦਿੱਤੀ। ਚਲੇ ਜੀ ਸਾਰੇ ਖੁਸ਼, ਬਟ ਮੇਰੀ ਖੁਸ਼ੀ ਸਭ ਤੋਂ ਅਲੱਗ ਸੀ ਕਿ ਮੈਨੂੰ ਯਕੀਨ ਹੋ ਗਿਆ ਸੀ ਕਿ ਵਾਕਈ ਯੂਟਿਊਬ 'ਤੇ ਮਿਹਨਤ ਕਰਨ ਨਾਲ, ਵਰਕ ਕਰਨ ਨਾਲ ਅਰਨਿੰਗ ਹੁੰਦੀ ਹੈ। ਅਰਨਿੰਗ ਮਾਸ਼ਾਅੱਲਾ ਮੇਰੀ ਹੋਈ ਸੀ। ਅਤੇ ਹੁਣ ਤੁਹਾਡੇ ਸਾਰਿਆਂ ਨਾਲ ਵੀ ਮੇਰੀ ਇਹ ਰਿਕੁਐਸਟ ਹੈ ਕਿ ਜਿੰਨੇ ਵੀ ਸਾਡੇ YT ਫਰੈਂਡ ਨੇ, ਮਿਹਨਤ ਕਰੋ, ਵਰਕ ਨੂੰ ਵਰਕ ਸਮਝੋ, ਦਿਲ ਲਗਾ ਕੇ ਕੰਮ ਕਰੋ, ਇਨਸ਼ਾਅੱਲਾ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਯੂਟਿਊਬ ਕਿਸੇ ਦੀ ਵੀ ਮਿਹਨਤ ਜ਼ਾਇਆ ਨਹੀਂ ਜਾਣ ਦਿੰਦਾ, ਠੀਕ ਹੈ ਜੀ। ਇਹ ਯੂਟਿਊਬ ਉਹ ਹੈ ਜਿਹੜੀ ਇਨਸਾਨ ਦੀ ਜ਼ਿੰਦਗੀ ਬਦਲ ਦਿੰਦਾ ਹੈ। ਮੈਂ ਕਿਸੇ ਦੀ ਕਈ ਸੁਣੀ ਗੱਲ ਨਹੀਂ ਕਰ ਰਹੀ, ਆਪਣੇ ਖੁਦ ਮੇਰੇ ਨਾਲ ਹੋਇਆ ਹੈ। ਯੂਟਿਊਬ 'ਤੇ ਆਉਣ ਨਾਲ ਮਾਸ਼ਾਅੱਲਾ ਮੇਰੇ ਘਰ ਦੇ ਹਾਲਾਤ ਬਹੁਤ ਬਿਹਤਰ ਹੋ ਗਏ ਨੇ। ਯੂਟਿਊਬ ਕੰਮ ਕਰਦਾ ਹੈ, ਕੰਮ ਮੰਗਦਾ, ਵਰਕ ਮੰਗਦਾ ਹੈ, ਬੰਦੇ ਲੱਖਾਂ ਅਤੇ ਕਰੋੜਾਂ ਕਮਾ ਰਹੇ ਨੇ ਯੂਟਿਊਬ ਤੋਂ। ਅਤੇ ਹੁਣ ਅੱਜ ਤੋਂ 1 ਸਾਲ ਪਹਿਲੇ ਮੇਰੇ ਸਬਸਕ੍ਰਾਈਬਰ 600 ਸਬਸਕ੍ਰਾਈਬਰ ਸੀ, ਅੱਜ ਤੋਂ 1.5 ਸਾਲ ਪਹਿਲੇ। ਅਤੇ ਹੁਣ ਮੇਰੇ ਮਾਸ਼ਾਅੱਲਾ ਤੁਸੀਂ ਵੇਖ ਸਕਦੇ ਹੋ, ਮੇਰੀ ਮਿਹਨਤ ਦੇ ਹਿਸਾਬ ਨਾਲ ਮੇਰਾ ਚੈਨਲ ਬਹੁਤ ਅੱਛੀ ਤਰ੍ਹਾਂ ਗਰੋ ਕਰ ਰਿਹਾ ਹੈ। ਅਤੇ ਅੱਜ ਮੈਂ ਕਿਸੇ ਨੂੰ ਅਗਰ 1K ਸਬਸਕ੍ਰਾਈਬਰ ਦੇਣਾ ਹੋਵੇ ਤਾਂ ਮੇਰੀ ਐਸੇ ਚੁਟਕੀਆਂ ਦਾ ਕੰਮ ਹੈ। ਕਿਸੇ ਨੂੰ ਅਗਰ ਚੈਨਲ ਮੋਨੀਟਾਈਜ਼ ਕਰਵਾਉਣਾ ਹੋਵੇ ਜਾਂ ਫਿਰ ਕਿਸੇ ਦਾ ਵਾਚ ਟਾਈਮ ਕੰਪਲੀਟ ਕਰਵਾਉਣਾ ਹੋਵੇ ਤਾਂ ਅੱਜ ਮੈਨੂੰ ਲੱਗਦਾ ਹੀ ਨਹੀਂ ਹੈ ਕਿ ਮੈਂ ਨਹੀਂ ਕਰ ਪਾਵਾਂਗੀ। ਮੈਂ ਕਰ ਸਕਦੀ ਹਾਂ ਕਿਉਂਕਿ ਮੈਂ ਆਪਣੇ ਚੈਨਲ 'ਤੇ ਇੰਨੀ ਮਿਹਨਤ ਕਰਕੇ ਇੰਨੀ ਜਲਦੀ ਸਭ ਕੁਛ ਕਰ ਸਕਦੀ ਹਾਂ, ਤਾਂ ਕਿਉਂ ਨਹੀਂ ਮੈਂ ਬਾਕੀ ਵੀ ਸਭ ਕੁਛ ਕਰ ਸਕਦੀ ਹਾਂ। ਅਤੇ ਠੀਕ ਹੈ ਜੀ, ਹੁਣ ਤੁਸੀਂ ਕੰਮ ਕਰਨਾ ਹੈ, ਕੰਮ ਨੂੰ ਕੰਮ ਸਮਝਣਾ ਹੈ। ਅਤੇ ਇਹਨਾਂ ਸਾਰੀਆਂ ਗੱਲਾਂ ਪਿੱਛੇ, ਇਹਨੇ ਸਾਰੀ ਮਿਹਨਤ ਪਿੱਛੇ, ਇਸ ਘਰ ਦੇ ਹਾਲਾਤ ਬਿਹਤਰ ਕਰਨ ਪਿੱਛੇ ਸਾਡੇ ਭਾਈ ਅਵੈਸ ਦਾ ਹੱਥ ਹੈ। ਉਹਨਾਂ ਨੇ ਸਾਡੇ 'ਤੇ ਬਹੁਤ ਵੱਡੀ ਨੇਕੀ ਕੀਤੀ ਆ, ਅਸਾਂ ਬਿਲਕੁਲ ਵੀ ਉਹਨਾਂ ਦੀ ਨੇਕੀ ਨਹੀਂ ਬੋਲ ਸਕਦੇ। ਅਤੇ ਉਸਤਾਦ ਨੂੰ ਉਸਤਾਦ ਮੰਨਣਾ ਚਾਹੀਦਾ ਹੈ। ਬੇਸ਼ੱਕ ਉਸਤਾਦ ਨੇ 1 ਲਫ਼ਜ਼ ਕਿਉਂ ਨਾ ਸਿਖਾਇਆ ਹੋਵੇ, ਅਤੇ ਇਨਸ਼ਾਅੱਲਾ ਪੂਰੀ ਜ਼ਿੰਦਗੀ ਸਾਡੇ ਦਿਲ 'ਚ ਕਦਰ ਰਹੇਗੀ ਉਹਨਾਂ ਦੀ, ਅਤੇ ਪੂਰੀ ਜ਼ਿੰਦਗੀ ਅਸੀਂ ਉਹਨਾਂ ਦਾ ਅਹਿਸਾਨ ਨਹੀਂ ਭੁੱਲ ਪਾਵਾਂਗੇ। ਅੱਲਾ ਪਾਕ ਉਹਨਾਂ ਨੂੰ ਲੰਬੀ ਜ਼ਿੰਦਗੀ ਦੇ ਅਤੇ ਖੁਸ਼ ਰਹਿਣ ਆਪਣੇ ਬੱਚਿਆਂ 'ਚ। ਨਹੀਂ ਬੱਚੇ ਫਿਲਹਾਲ ਨਹੀਂ ਹੈ, ਮੈਂ ਮਜ਼ਾਕ ਕਰ ਰਹੀ ਹਾਂ, ਅਨਮੈਰਿਡ ਨੇ। ਅਤੇ ਅੱਲਾ ਪਾਕ ਦੇਣੇ ਹਾਂ, ਬੱਚੇ ਵੀ ਸ਼ਾਦੀ ਹੋ ਗਈ ਅਤੇ ਫਿਰ ਅੱਲਾ ਪਾਕ ਉਹਨਾਂ ਨੂੰ ਫੈਮਲੀ ਨੂੰ
ਲੰਬੀ ਜ਼ਿੰਦਗੀ ਦੇ ਖੁਸ਼ ਰੱਖਣ ਖੁਸ਼ ਰਹਿਣ ਅਤੇ ਹੁਣ ਮੈਂ ਬੰਦ ਕਰਦੀ ਹਾਂ ਜੀ, ਵੀਡੀਓ ਕਲੋਜ਼ ਕਰਦੀ ਹਾਂ, ਇੱਥੇ ਮੇਰੀ ਵੀਡੀਓ ਦਾ ਐਂਡ ਹੁੰਦਾ ਹੈ। ਅਤੇ ਬਾਕੀ ਮੇਰੀਆਂ ਦੁਆਵਾਂ ਤੁਹਾਡੇ ਸਾਰਿਆਂ ਦੇ ਨਾਲ ਨੇ, ਤੁਹਾਡੇ ਸਾਰਿਆਂ ਦਾ ਬਹੁਤ ਅਹਿਸਾਨ, ਬਹੁਤ ਸਪੋਰਟ ਹੈ ਮੇਰੇ ਨਾਲ। ਥੈਂਕਸ ਹੈ ਜੀ, ਅੱਲਾ ਹਾਫਿਜ਼।